स्वागत है तुहाडा मनवर फिटनेस ते। आस करदा सारे ठीक ठाक हो। दोस्ती साडी लगभग हैगी आ कोई 10.5 साल पुरानी। 2013 मई जून दे आसपास असीं गल्लबात करदे सी फेसबुक दे उत्ते। बॉन्डिंग एक अजीब सी, बड़ी जिवें मैराथन चैट असीं कह सकदे आ। लंबियां लंबियां असीं गल्लां करनियां, एक दूजे दे हाल पुछणे, ते पूरा वधिया मोह प्यार जिहनूं कह सकदे आ। चलो उस तो बाद जिमें जिमें उम्र वधदी आ, हर एक बंदे दे जिंदगी दे विच रुझेवें बदल जाते होंगे है। तो दूजे पासे आपां पढ़ाई लिखाई की गल करिए, बाई पोलिटिकल साइंस दे विच नैट क्वालीफाइड पूरा वधिया, जिहड़ा टॉप दा प्रोफेसर लगन वाला एक टैसट हुंदा वह क्लीयर। तो अजकल जिमें सोशल मुद्दे ने हर एक फील्ड दे विच जानकारी इन्नी कु वधिया कि पंजाब दे किसी भी सूझवान व्यक्ति नू जदों आपां पुछदे आं, उहदे कोले गल करदे आं, जैकनामा जैक सरां हर एक नू नाम पता है। तो मैनू बड़ा वधिया लगदा हुंदा जे किते चार मित्रां दे विच गल करनी हुंदी आ, उत्थे कोई चर्चा छिड़ पवे कि जैकनामा वधिया मुंडा बहुत वधिया कर रिहा, वधिया चल रहा, दिन दे विच चार चार पांच पांच पोस्टा, पूरी सटीक जानकारी देनी, उदों वधिया मन जिहा खिड़दा हुंदा वी साडा यार वड्डा भाई। मतलब साडा तां रिश्ता एक इस तरह का जिवें एक लंगोटीए यार आपां कह सकदे आ। इन्ना वधिया मोह प्यार साडा, माण इन्ना क हुंदा कि वह 10 साल पहलां की कंडीशन हुंदी सी साडी वी, जिवें एक नवें नवें असी दोस्त बने सी सोशल मीडिया राही, विचार कितने मिलते होंगे जिमें कह लो भी कितना कितों जिस तरह वाइब्स आउंदियां हुंदियां उस तरह एक बॉन्ड बन जाता। पर वह अंदर खाते कह लो भी इन्ना वधिया रिश्ता मोह प्यार है। पहला बाई दे पेज ते भी एक दो बारी मैं लाइव होया, तो हुण बहुत सोहना काम चल रहा ऑनलाइन बाई का। मैं गल कर रहा जिहड़ा जैक सरां वीरे दी, जगवंत वीरा स्वागत है वीरे तुहाडा मनवर फिटनेस ते। ਭੂਮਿਕਾ ਬੜੀ ਲੰਬੀ ਬਣ ਰਹੀ ਹੈ ਨਾ ਮੇਰੀ, ਚਲੋ ਧੰਨਵਾਦ ਜੀ। ਹਾਂ ਕੋਈ ਗੱਲ ਨਹੀਂ, ਚਲੋ ਐਂ ਤਾਂ ਚੱਲਦਾ ਨਾਲੇ। ਇੱਕ ਸੱਚ ਭੂਮਿਕਾ ਤੋਂ ਗੱਲ ਯਾਦ ਆਈ ਬਈ, ਸਾਰਿਆਂ ਨੂੰ ਦੱਸ ਦਿਆਂ, ਨਵਾਂ ਨਵਾਂ ਜਿਹਾ ਨਾ ਜਿਵੇਂ ਹੁੰਦਾ ਹੁਣ ਸ਼ੌਕ ਨਾਲ ਕੰਮ ਕਰੀਦਾ। ਆਹ ਮਾਈਕ ਮੇਰਾ ਦਿਖਦਾ ਦਿਖ ਨਹੀਂ ਰਿਹਾ, ਰੋਡ ਦੇ ਰੋਡ ਦੇ ਮਾਈਕ ਲੱਗੇ ਆ, ਪੂਰੇ ਵਧੀਆ ਵਾਲੇ ਮਾਈਕਾਂ ਤੇ ਅਸੀਂ ਹੁਣ ਕੰਮ ਸਟਾਰਟ ਕਰ ਲਿਆ। ਤੇ ਉਹ ਕੁਦਰਤੀ ਕਹਿ ਲਓ ਬਾਈ ਲੰਘੇ ਜਾ ਰਹੇ ਸੀ ਮਿਲਣ ਆਏ ਸੀ, ਤੇ ਪਹਿਲੀ ਇੰਟਰਵਿਊ ਆ ਬਾਈ ਦੀ ਹੋਣੀ ਸੀ ਉਹਦੇ ਤੋਂ। ਧੰਨਵਾਦ ਬਾਈ ਸਾਡੇ। ਹਾਂਜੀ ਹਾਂਜੀ, ਮੇਰੇ ਸਭ ਤੋਂ ਵੱਡੇ ਆ ਕਿ ਜਿੱਥੇ ਮਤਲਬ ਅਸੀਂ ਸ਼ੁਰੂਆਤ ਕੀਤੀ ਸੀ, ਡਿਸਕਸ ਕਰਦੇ ਹੁੰਦੇ ਸੀ ਲਾਈਫ 'ਚ ਕੀ ਕਰਨਾ, ਫਿਊਚਰ 'ਚ ਕੀ ਕਰਾਂਗੇ, ਉਹ ਫਿਊਚਰ 'ਚ ਆਪਾਂ ਹੁਣ ਤੁਰੇ ਫਿਰਦੇ ਹਾਂ ਵੈਸੇ। ਬਿਲਕੁਲ। ਅਤੇ ਬਾਈ ਸਾਰਿਆਂ ਤੋਂ ਪਹਿਲਾ ਸਵਾਲ ਮੇਰਾ ਇਹ ਹੈ, ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਫਿਰਦੇ ਆ ਨਾ, ਪਤਾ ਨਹੀਂ ਇੱਥੇ ਚਾਰ ਗੱਲਾਂ ਇੱਥੇ ਬੋਲ ਕੇ ਪਾਤੀਆਂ, ਆਹ ਟੋਪਿਕ 'ਤੇ ਕਰਤਾ ਕੰਮ ਜਾਂ ਜੋ ਵੀ ਚੱਲੀ ਜਾਂਦਾ। ਦੇਖੋ ਬਹੁਤੀ ਜਾਣਕਾਰੀ ਤਾਂ ਇਹ ਕਹਿ ਲਓ ਵੀ ਗਲਤ ਹੁੰਦੀ ਆ, ਜਾਂ ਹਾਫ ਕਲੀਅਰ ਕਹਿ ਸਕਦੇ ਹਾਂ, ਕੁਛ ਵੀ ਕਹਿ ਸਕਦੇ ਹਾਂ, ਕਲੀਅਰ ਨਹੀਂ ਹੁੰਦਾ। ਪਰ ਜਿਹੜੇ ਹਿਸਾਬ ਨਾਲ ਤੁਹਾਡੀ ਫੈਨ ਫੋਲੋਇੰਗ ਬਣੀ ਹੋਈ ਆ, ਜਾਂ ਮੈਂ ਆਸੇ ਪਾਸੇ ਵਿਚਰਦਾ ਜਾਂ ਮੈਂ ਦੇਖਦਾ, ਬਿਲਕੁਲ ਸਟੀਕ ਜਾਣਕਾਰੀ ਹੁੰਦੀ ਆ। ਅਤੇ ਇਹਦੇ ਲਈ ਤੁਸੀਂ ਕੀ ਕਰਦੇ ਹੋ? ਅਸਲ ਦੇ ਵਿੱਚ ਨਾ ਮੈਂ ਜਰਨਲਿਸਟ ਬਣਨਾ ਚਾਹੁੰਦਾ ਸੀਗਾ, ਹੈ ਨਾ, ਤੇ ਮੈਂ ਬਣ ਨਹੀਂ ਸਕਿਆ ਅਨਫੋਰਚੂਨੇਟਲੀ। ਵੀ ਜਿਹੜੀ ਤੁਹਾਡੇ ਅੰਦਰ ਕਸਕ ਹੁੰਦੀ ਹੈ ਨਾ, ਫਿਰ ਤੁਸੀਂ ਉਹ ਰਹਿ ਰਹਿ ਕੇ ਪੂਰੀ ਕਰਦੇ ਹੋ ਨਾ। ਤਾਂ ਇੱਕ ਨਾ ਜਿੱਦਾਂ ਕਿਸੇ ਨੇ ਇੰਜੀਨੀਅਰ ਬਣਨਾ ਤਾਂ IIT ਲਈ ਹੈ ਨਾ ਤਿਆਰੀ ਕਰਦਾ ਗਾ, ਜੇ ਕਿਸੇ ਡਾਕਟਰ ਬਣਨਾ ਤਾਂ ਉਹਦਾ ਸੁਪਨਾ ਹੁੰਦਾ ਮੈਂ ਏਮਸ 'ਚ ਜਾਵਾਂ, ਹੈ ਨਾ, ਰਜਿੰਦਰਾ 'ਚ ਜਾਵਾਂ। ਤਾਂ ਮਤਲਬ ਮੈਂ ਨਾ ਇੱਦਾਂ ਹੀ ਜਰਨਲਿਸਟ ਬਣਨਾ ਸੀਗਾ, ਫਰੋਮ ਦਾ ਵੈਰੀ ਬੀਗਨਿੰਗ, ਜਦੋਂ ਮੈਂ 10ਵੀਂ ਕਰ ਲਈ ਸੀ ਉਹਨਾਂ ਟਾਈਮਾਂ ਦੇ ਵਿੱਚ ਹੀ, ਅਤੇ ਮੈਂ IIMC ਦਾ ਟੈਸਟ ਦਿੱਤਾ ਗ੍ਰੈਜੂਏਸ਼ਨ ਤੋਂ ਬਾਅਦ, ਦੈਟ ਇਜ਼ ਇੰਡੀਅਨ ਇੰਸਟੀਟਿਊਟ ਆਫ ਮਾਸ ਕਮਿਊਨੀਕੇਸ਼ਨ ਦਿੱਲੀ ਦੇ ਵਿੱਚ ਹੈਗਾ। ਠੀਕ ਹੈ ਠੀਕ ਹੈ। ਪਰ ਸਾਡੇ ਘਰਦਿਆਂ ਨੇ ਜਾਣ ਨਹੀਂ ਦਿੱਤਾ, ਹੈ ਨਾ, ਇਹ ਮੈਂ ਪਹਿਲਾਂ ਰਤਨ ਵਾਲੀ ਪੋਡਕਾਸਟ 'ਤੇ ਵੀ ਦੱਸ ਚੁੱਕਿਆ ਹੈਗਾ, ਅਤੇ ਮੈਂ ਦੁਬਾਰਾ ਫਿਰ ਦੱਸਦਾ ਵੀ ਮਤਲਬ ਉਹ, ਹਾਂ, ਰਤਨ ਬਾਈ ਦੀ ਜਿਹੜੀ ਮਤਲਬ ਚੱਲ ਰਹੀ ਹੈਗੀ, ਅਤੇ ਮਤਲਬ ਮੇਰੇ ਅੰਦਰ ਨਾ ਮਤਲਬ ਉਹ ਕਸਕ ਰਹੇਗੀ। ਉਹਦਾ ਕਾਰਨ ਇਹ ਸੀ, ਸਾਡੇ ਘਰਦਿਆਂ ਨੂੰ ਲੱਗਦਾ ਵੀ ਜਿਹੜਾ ਪੱਤਰਕਾਰ ਆ ਇਹ ਇੰਨਾ ਜ਼ਿਆਦਾ ਵਧੀਆ ਕਿੱਤਾ ਨਹੀਂ ਹੈਗਾ, ਵਧੀਆ ਕਿੱਤਾ ਇਨ ਦਾ ਸੈਂਸ ਵੋਕੇਸ਼ਨਲੀ, ਵੀ ਪੈਸੇ ਦੇ ਪੱਖ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਸਾਡੇ, ਚਲੋ ਆਪਾਂ ਨਾਮ ਨਹੀਂ ਲੈਂਦੇ, ਕੋਈ ਪੱਤਰਕਾਰ ਆਉਂਦਾ ਹੁੰਦਾ ਸੀ ਇਸ਼ਤਿਹਾਰ ਲੈਣ ਦੇ ਲਈ, ਸਪਲੀਮੈਂਟ ਨਿਕਲਦੇ, ਹੁਣ ਤਾਂ ਬੰਦ ਹੋ ਗਏ ਸਪਲੀਮੈਂਟ, ਹੁੰਦੇ ਨੇ ਰਾਮਪੁਰਾ ਵਿਸ਼ੇਸ਼ ਧੱਕੇ ਨਾਲ, ਰਾਮਪੁਰਾ ਵਿਸ਼ੇਸ਼ ਲੋਹੜੀ ਤੇ ਆਉਣਾ, ਨਵੇਂ ਸਾਲ ਤੇ ਆਉਣਾ, ਹਾੜੀ ਤੇ ਆਉਣਾ ਨਾ, ਤੇ ਪੈਸੇ ਇਕੱਠੇ ਉਹਦੇ ਲਈ ਮਤਲਬ ਪੱਤਰਕਾਰਾਂ ਤੇ ਪ੍ਰੈਸ਼ਰ ਹੁੰਦਾ ਵੀ ਤੁਸੀਂ ਸਪਲੀਮੈਂਟ ਇਕੱਠੇ ਕਰਨੇ ਆ, ਵੀ ਜਿਵੇਂ ਤੇਰੀ ਫੋਟੋ ਲਾ ਦੀ ਮਨਵਰ ਫਿਟਨੈਸ ਤੇ ਇੱਥੋਂ 2000 ਰੁਪਏ ਲੈ ਲਿਆ, ਹੈ ਨਾ। ਇਸ ਤਰ੍ਹਾਂ ਨਾਲ ਸਾਡੇ ਘਰੇ ਕੋਈ ਜਰਨਲਿਸਟ ਆਉਂਦਾ ਸੀਗਾ ਕਿਸੇ ਅਖਬਾਰ ਦਾ, ਤਾਂ ਉਹ ਬਹੁਤ ਸਟਰਗਲ ਕਰਦਾ ਹੁੰਦਾ ਸੀ ਵੀ ਫੋਟੋ ਲਾ ਦਿੰਦੇ ਆ, ਮੇਰੇ ਦਾਦਾ ਜੀ ਮਤਲਬ ਉਹਨਾਂ ਤੋਂ, ਹੈ ਨਾ, ਇੱਦਾਂ ਸਪਲੀਮੈਂਟ ਲਈ ਉਹ ਹੁੰਦਾ।
ਸਾਡੇ ਘਰਦਿਆਂ ਨੂੰ ਲੱਗਿਆ ਵੀ ਤੂੰ ਵੀ ਇਹੀ ਕੰਮ ਕਰਨਾ, ਫਿਰ ਤੂੰ ਚੱਜ ਦਾ ਕੰਮ ਕਰ ਲਾ ਕੋਈ ਸਰਕਾਰੀ ਨੌਕਰੀ ਹੈ ਨਾ, ਮੱਧ ਵਰਗੀ ਪਰਿਵਾਰਾਂ 'ਚ ਵੱਡੀ ਗੱਲ ਹੁੰਦੀ ਹੈ, ਜਿਹੜਾ ਉਹਨਾਂ ਦੇ ਸਾਹਮਣੇ ਦਿਖਦਾ ਜਿਹੜਾ ਉਹਨਾਂ ਨੂੰ ਉਸ ਹਿਸਾਬ ਨਾਲ ਚੱਲਣਾ, ਉਸ ਹਿਸਾਬ ਨਾਲ ਚੱਲਣਾ ਹੁੰਦਾ ਹੈਗਾ। ਮੈਂ ਟੈਸਟ ਕਲੀਅਰ ਕਰ ਲਿਆ, ਬਹੁਤ ਮਤਲਬ ਔਖਾ ਟੈਸਟ ਆ ਉਹ, ਮਤਲਬ ਅਤੇ ਬਣ ਨਹੀਂ ਸਕਿਆ, ਪਰ ਮੈਂ ਬਸ ਹੁਣ ਉਹ ਜੈਕਨਾਮਾ ਦੇ ਥਰੂ ਆਪਾਂ ਮਤਲਬ ਆਪਣੀ ਹੈ ਨਾ ਜਿੰਨੀ ਕੁ ਸਮਰੱਥਾ ਹੈਗੀ ਜਾਂ ਸ਼ੌਂਕ ਆ ਉਹ ਪੂਰਾ ਕਰ ਦੇਵਾਂਗੇ। ਅੰਦਰ ਜਿਹੜਾ ਕੀੜਾ ਦਬਿਆ ਰਹਿ ਜਾਂਦਾ ਉਹ ਨਿਕਲਦਾ ਹੀ ਆ ਬਾਹਰ, ਉਹ ਨਿਕਲਦਾ। ਜਿਵੇਂ ਨਾ ਮੈਂ ਪਹਿਲਾਂ ਆਪਣੀ ਸ਼ਾਇਦ ਗੱਲ ਹੋਈ ਹੈ ਕਿ ਨਹੀਂ, 2013 'ਚ ਮੈਂ MA ਪਾਸ ਕੀਤੀ ਆਪਣੀ, ਅਤੇ ਉੱਥੇ ਮੇਰਾ ਨਾ ਮੈਂ ਰਾਤ ਨੂੰ ਆਪਣੇ ਨਾਲ ਸੈਲਫ ਡਿਸਕਸ਼ਨ ਜਿਹਾ ਚੱਲਦਾ ਹੁੰਦਾ, ਮੈਂ ਸਵੇਰੇ ਨਾ ਜਾ ਕੇ ਬੋਰਡ 'ਤੇ ਕੁਛ ਲਿਖੂ, ਬੋਲਣ ਦੀ ਕੋਸ਼ਿਸ਼ ਕਰਨਾ। ਇੱਕ ਪਹਿਲੇ ਦਿਨੋਂ ਇੱਕ ਕੀੜਾ ਜਿਹਾ ਹੁੰਦਾ ਵੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਤਲਬ ਭੀੜ ਨੂੰ ਸੰਬੋਧਿਤ ਕਰਨਾ ਜਾਂ ਬੋਲਣਾ, ਬਸ ਇੱਕ ਬੁਲਾਰਾ ਬਣਨਾ। ਅਤੇ ਆ ਖੈਰ ਆਪਾਂ ਬਈ ਧੰਨ ਧੰਨਭਾਗੀ ਕਹਿ ਲਓ ਜਾਂ ਧੰਨਵਾਦੀ ਕਹਿ ਲਓ, ਕੁਛ ਵੀ ਕਹਿ ਲਓ, ਸੋਸ਼ਲ ਮੀਡੀਆ ਦੇ ਜਿਹਨਾਂ ਨੇ ਮੰਚ ਮਿਲ ਗਏ ਆਪਾਂ, ਹਾਂ ਮੰਚ ਮਿਲ ਗਏ ਆਪਾਂ ਨੂੰ, ਬਹੁਤ ਵਧੀਆ ਗੱਲ ਹੈ। ਚਲੋ ਇਹ ਤਾਂ ਬਹੁਤ ਵਧੀਆ, ਬਟ ਸਵਾਲ ਹਲੇ ਵੀ ਉਹਦਾ ਪ੍ਰੋਪਰ ਜਵਾਬ ਨਹੀਂ ਮਿਲਿਆ, ਜਾਣਕਾਰੀ ਕਿਵੇਂ ਮਿਲਦੀ ਆ? ਹਾਂ, ਜਾਣਕਾਰੀ ਦਾ ਮਤਲਬ ਇਹ ਹੈ ਵੀ ਜਦੋਂ ਮੈਂ ਧਾਰ ਲਿਆ ਸੀ ਮੈਂ ਜਰਨਲਿਸਟ ਬਣਨਾ ਨਾ, ਉਹਨਾਂ ਟਾਈਮਾਂ ਦੇ ਵਿੱਚ ਦੂਰਦਰਸ਼ਨ ਹੁੰਦਾ ਸੀ, ਜਿਹੜੇ ਸੈਟੇਲਾਈਟ ਚੈਨਲ ਨੇ, ਕੇਬਲ ਕੂਬਲ ਬਹੁਤ ਬਾਅਦ 'ਚ ਆਈ ਹੈਗੀ, ਅਤੇ ਮਤਲਬ ਮੈਂ ਉਹਨਾਂ ਟਾਈਮਾਂ ਦੇ ਵਿੱਚ ਹੀ ਅਖਬਾਰ ਪੜ੍ਹਦਾ, ਫਿਰ ਮੈਨੂੰ ਐਂ ਲੱਗਣ ਲੱਗਾ ਵੀ ਪੰਜਾਬੀ ਅਖਬਾਰਾਂ ਦੇ ਵਿੱਚ ਆਹ ਫਲਾਨਾ ਠੀਕ ਆ ਹੈ ਨਾ। ਫਿਰ ਮੈਂ ਪਲੱਸ ਵਨ ਦੇ ਵਿੱਚ ਟਾਈਮਸ ਆਫ ਇੰਡੀਆ ਅਖਬਾਰ ਲਵਾ ਲਿਆ ਸੀ ਨਾ, ਜਿਹਨੂੰ ਐਂ ਲੱਗਦਾ ਵੀ 11ਵੀਂ ਕਲਾਸ ਦੇ ਵਿੱਚ। ਅਤੇ ਇੱਕ ਮਿੰਟ ਜੀ, ਮੈਂ ਮਤਲਬ ਕਲੀਅਰ ਮੈਂ ਨਹੀਂ ਕਰਦਾ, ਬਾਈ ਦੱਸ ਦਿੰਦੇ ਨੇ ਕਿਹੜੇ ਸਕੂਲ 'ਚ ਪੜ੍ਹਦੇ ਸੀ 11ਵੀਂ 'ਚ? ਮੈਂ 11ਵੀਂ ਦੇ ਵਿੱਚ ਪੱਖੋ ਪੜ੍ਹਦਾ ਸੀਗਾ ਸਰਕਾਰੀ ਸਕੂਲ ਦੇ ਵਿੱਚ, ਅਤੇ ਉਹਨਾਂ ਟਾਈਮਾਂ ਦੇ ਵਿੱਚ ਆਫ ਇੰਡੀਆ ਉਦੋਂ ਇੱਕ ਰੁਪਈਏ ਦਾ ਹੁੰਦਾ ਸੀਗਾ, ਅਤੇ ਪੰਜਾਹ ਦਾ ਹੋਵੇ ਬਾਈ। ਹਾਂ, ਮੈਂ ਦੱਸ ਰਿਹਾ ਵੀ ਉਹਨਾਂ ਟਾਈਮਾਂ ਦੇ ਵਿੱਚ ਮੈਨੂੰ ਉਹ ਘਰਦੇ ਕਹਿੰਦੇ ਵੀ ਤੂੰ ਕੀ ਕਰਨਾ ਗਾ ਹੈ ਨਾ, ਇਹ ਅਖਬਾਰ ਜੋ ਘਰੇ ਕੋਈ ਹੋਰ ਪੜ੍ਹ ਨਹੀਂ ਸਕਦਾ, ਤਾਂ ਮਤਲਬ ਬਹੁਤ ਬਹੁਤ ਔਖਾ ਲੱਗਿਆ ਮੈਨੂੰ ਉਹ ਲਗਾਉਣਾ। ਗਿਆਰਵੀਂ ਚ ਟਾਈਮਸ ਆਫ ਇੰਡੀਆ ਲਾਇਆ ਅੰਗਰੇਜ਼ੀ ਦਾ ਅਖਬਾਰ ਸਰਕਾਰੀ ਸਕੂਲ ਦਾ ਪੜ੍ਹਨ ਵਾਲਾ। ਪਤਾ ਕੀ, ਅੱਜ ਕੱਲ੍ਹ ਇੱਕ ਭੀੜ ਲੱਗੀ ਹੋਈ ਹੈ ਵੀ ਅੰਗਰੇਜ਼ੀ ਸਕੂਲਾਂ 'ਚ ਜਵਾਕਾਂ ਨੂੰ ਲਾਉਂਗੇ, ਅੰਗਰੇਜ਼ੀ ਸਿੱਖਣਗੇ, ਆਹ ਸਰਕਾਰੀ ਵਾਲਾ ਬੈਠਾ, ਮੈਂ ਵੀ ਸਰਕਾਰੀ ਵਾਲਾ। ਤੇ ਮੈਂ ਦੱਸ ਦਿਆਂ ਮੇਰਾ ਬੇਟਾ ਵੀ ਸਰਕਾਰੀ ਸਕੂਲ 'ਚ ਪੜ੍ਹਦਾ ਗਾ। ਕਿਆ ਬਾਤ ਹੈ ਬਈ! ਹਾਂ, ਇਹ ਮੈਂ ਉਦਾਂ ਕਦੇ ਅੱਜ ਵੈਸੀ ਚੱਲ ਪਈ, ਮੈਂ ਕਦੇ ਕੋਈ ਪੋਸਟ ਨਹੀਂ ਪਾਈ, ਕੋਈ ਉਦਾਂ ਆਪਾਂ ਐਂਡੋਰਸ ਨਹੀਂ ਕੀਤਾ। ਮੈਨੂੰ ਇਹ ਲੱਗਦਾ ਵੀ ਨਾ ਅੰਗਰੇਜ਼ੀ ਲਈ ਪੰਜਾਬੀ ਵੀ ਆਉਣੀ ਬਹੁਤ ਜ਼ਰੂਰੀ ਹੈਗੀ, ਮਤਲਬ ਜਿਹਨੂੰ ਮਤਲਬ ਉਹ ਇੱਕ ਕੋਟੇਸ਼ਨ ਆ ਗਈ ਹੈ ਨਾ ਵੀ ਤੁਹਾਨੂੰ ਦੋ ਲੈਂਗੁਏਜ ਤਾਂ ਹੀ ਆ ਸਕਦੀਆਂ ਜੇ ਤੁਹਾਨੂੰ ਪਹਿਲੀ ਚੰਗੀ ਤਰ੍ਹਾਂ ਆਉਂਦੀ, ਤਾਂ ਮੈਨੂੰ ਇਹ ਲੱਗਦਾ ਵੀ ਪੰਜਾਬੀ ਬਹੁਤ ਸ਼ੁੱਧ ਪੜ੍ਹੀ ਹੋਈ ਹੈਗੀ ਹੈ ਨਾ, ਚਾਹੇ ਮੈਂ ਇੰਗਲਿਸ਼ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਲੱਗ ਗਿਆ। ਅਤੇ ਪਰ ਮੈਨੂੰ ਐਂ ਲੱਗਦਾ ਵੀ ਜਿਹੜੀ ਤੁਹਾਡੀ ਐਕਸਪ੍ਰੈਸ਼ਨ ਦੀ ਹੈ ਨਾ, ਜਾਂ ਚੀਜ਼ਾਂ ਨੂੰ ਰੀਕ੍ਰੀਏਟ ਕਰਨ ਦੀ ਹੈਗੀ, ਉਹ ਮਾਤ ਭਾਸ਼ਾ ਦੇ ਵਿੱਚ ਤੁਹਾਡੀ ਜੇ ਪਕੜ ਹੈਗੀ ਉਹ ਤਾਂ ਹੈਗੀ ਹੈ ਨਾ। ਬਿਲਕੁਲ ਬਿਲਕੁਲ, ਆਪਣੇ ਜਜ਼ਬਾਤ ਹੈਗੇ। ਤਾਂ ਮੈਂ ਸੋਚਿਆ ਵੀ ਪੰਜ ਜਮਾਤਾਂ ਨੂੰ ਮੈਂ ਘੱਟੋ ਘੱਟ ਪੰਜਾਬੀ ਮੀਡੀਅਮ ਦੇ ਵਿੱਚ ਰੂਟਡ ਹੋ ਕੇ ਲਵਾਵਾਂ, ਫਿਰ ਚਾਹੇ ਮੈਂ ਉਹਨੂੰ ਕਿਸੇ ਹੋਰ ਸਕੂਲ 'ਚ ਪਾ ਦਿਆਂ। ਹਾਂ, ਇਹ ਵੈਸੀ ਅੱਜ ਚਲੋ ਚਲਦੀ ਗੱਲ ਹੋ ਗਿਆ, ਮੈਂ ਪਹਿਲੀ ਵਾਰੀ ਕਲਾਸਾਂ ਕਰ ਰਿਹਾ। ਮੈਂ ਵੀ ਇੱਕ ਮਤਲਬ ਕਹਿ ਲਓ ਸਰਕਾਰੀ ਸਕੂਲ ਕਹਿ ਲਓ ਜਾਂ ਪਿੰਡਾਂ 'ਚ ਕੀ ਪਿੰਡਾਂ 'ਚ ਆਮ ਜਿਹੜੇ ਸਕੂਲ ਹੁੰਦੇ ਹੈਗੇ ਉੱਥੇ ਪੜ੍ਹਿਆ, ਅਤੇ ਬਾਈ ਨੇ ਦੱਸ ਹੀ ਦਿੱਤਾ ਵੀ ਸਰਕਾਰੀ ਸਕੂਲ ਹੈ, ਤਾਂ ਇਹ ਦਿਮਾਗ 'ਚੋਂ ਤੁਸੀਂ ਭੁਲੇਖੇ ਕੱਢ ਦਿਓ ਵੀ ਸਕੂਲਿੰਗ ਮੈਟਰ ਕਰਦੀ ਆ। ਮੇਰੇ 'ਚ ਕੀੜਾ ਸੀ ਅੰਗਰੇਜ਼ੀ ਸਿੱਖਣੀ ਆ, ਬਾਈ 'ਚ ਸੀ, ਅਤੇ ਸਭ ਕੁਛ ਹੋ ਜਾਂਦਾ। ਮੈਂ ਤਾਂ ਮਨ ਪਰ 6ਵੀਂ ਦੇ ਵਿੱਚ ਸ਼ੁਰੂ ਕੀਤੀ ਆ ਇੰਗਲਿਸ਼। ਹਾਂ, ਉਹੀ ਹੈ ਨਾ ਬਈ, ਹੈ ਨਾ, ਉਹ 5 ਸਾਲਾਂ 'ਚ ਇੰਨੀ ਕੁ ਆਉਣ ਲੱਗੀ ਵੀ ਆਪਾਂ ਇੰਟਰਸਟ ਪੈਦਾ ਹੋ ਗਿਆ ਹੈ ਨਾ, ਮਤਲਬ ਅਤੇ ਕੋਈ ਵੀ ਸਿੱਖੀ ਜਾ ਸਕਦੀ ਆ ਇਹਦੇ ਵਿੱਚ, ਕੋਈ ਹੋਰ ਜੇ ਕੋਈ ਕੋਰੀਅਨ ਸਿੱਖਣਾ ਚਾਹੁੰਦਾ ਚਾਈਨੀਜ਼ ਹੈ ਨਾ, ਪਰ ਮਾਤ ਭਾਸ਼ਾ ਨਾਲ ਜੁੜਨਾ ਜ਼ਰੂਰੀ ਆ। ਆਪਾਂ ਜਦੋਂ ਆਪਣੀ ਹੈ ਨਾ ਅੰਦਰ ਦੀਆਂ ਭਾਵਨਾਵਾਂ ਉਹ ਸਭ ਤੋਂ ਬਿਹਤਰੀਨ ਤਰੀਕੇ ਦੇ ਵਿੱਚ ਮਾਤ ਭਾਸ਼ਾ 'ਚ ਕਰ ਸਕਦੇ ਹਾਂ ਨਾ, ਤਾਂ ਮੇਰਾ ਮਤਲਬ ਪੇਜ 'ਤੇ ਵੀ ਇਹ ਰਹਿੰਦਾ, ਕਦੇ ਨਾ ਕਦੇ ਥੋੜ੍ਹਾ ਬਹੁਤ ਇੰਗਲਿਸ਼ ਦੇ ਵਿੱਚ ਹੋ ਜਾਂਦਾ ਵੀ ਪੰਜਾਬੀ ਦੇ ਵਿੱਚ ਜਿੰਨੀਆਂ ਗੱਲਾਂ ਕਰ ਸਕਦੇ ਹੈਗੇ ਨਾ, ਉਹਨੀਆਂ ਕੀਤੀਆਂ ਜਾਂਦੀਆਂ। ਬਈ ਮਾਣ ਨਹੀਂ ਕਰਨਾ ਚਾਹੀਦਾ ਵੈਸੇ, ਭਾਵੇਂ ਆਪਾਂ ਆਪਦੀਆਂ ਸ਼ੇਖੀਆਂ ਮਾਰੀ ਜਾਈਏ ਕੁਛ ਵੀ ਕਹੀਏ, ਪਰ ਪੰਜਾਬੀ ਵੀ ਬਈ ਲਿਖਣੀ ਨਹੀਂ ਆਉਂਦੀ, ਸੋ ਕਾਲਡ ਆਪਾਂ ਨਹੀਂ ਕਹਿੰਦੇ ਵੀ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ, ਬਹੁਤੇ ਬੁੱਧੀਜੀਵੀ ਆਪਾਂ ਕਹਿ ਦਈਏ, ਪਰ ਟਿੱਪੀ ਕੰਨਾ ਵਿਹਾਰੀ ਉਹਦੀਆਂ ਸਮੱਸਿਆਵਾਂ ਰਹਿੰਦੀਆਂ, ਉਹ ਬਹੁਤ ਲੋਕ ਮਤਲਬ ਉਹਨੂੰ ਇਗਨੋਰ ਕਰ ਦਿੰਦੇ ਕਿ ਕਾਲੀ 'ਚ ਹੋ ਗਿਆ ਜਾਂ ਜਿਹੜੇ ਸਾਡੇ ਫੋਨ ਦੇ ਵਿੱਚ ਇਹ ਹੈ ਨਹੀਂ ਸੀ, ਬਟ ਫਿਰ ਵੀ ਕਿਤੇ ਨਾ ਕਿਤੇ ਹੁੰਦਾ ਨਾ ਵੀ ਆਪਾਂ ਪਰਫੈਕਟ ਤਾਂ ਕੋਈ ਚੀਜ਼ ਹੁੰਦੀ ਨਹੀਂ, ਆਪਣੇ ਮੰਨਿਓ ਬਿਹਤਰ ਟਰਾਈ ਕਰਨਾ। ਤੇ ਚਲੋ ਉਹ ਟਾਈਮਸ ਆਫ, ਤਾਂ ਮੈਂ ਉੱਥੇ ਜੋੜਦਾ ਲੜੀ ਥੋੜੀ ਜਿਹੀ ਗੱਲ ਆਪਣੀ, ਚਲੋ ਪਾਸੇ ਚਲੇ ਗਈ, ਇਹ ਵੀ ਜ਼ਰੂਰੀ ਸੀ ਹਾਲਾਂਕਿ, ਤਾਂ ਮੈਂ ਉਹ ਅਖਬਾਰ ਪੜ੍ਹਿਆ ਨਾ, ਫਿਰ ਮੈਨੂੰ ਐਂ ਲੱਗਿਆ ਵੀ ਯਾਰ ਦ ਟਾਈਮਸ ਆਫ ਇੰਡੀਆ ਮੇਨ ਸਟ੍ਰੀਮ ਅਖਬਾਰ ਆ, ਫਿਰ ਹੋਰ ਵੀ ਦਾ ਹਿੰਦੂ ਜਿਵੇਂ ਪੜ੍ਹਨ ਲੱਗ ਗਿਆ ਹੈ ਨਾ, ਮਤਲਬ ਮੈਂ ਨਾ ਉਹਦੇ ਵਿੱਚ ਡਿਗਿੰਗ ਡੀਪ ਚੱਲਦਾ ਗਿਆ ਨਾ, ਵੀ ਮੈਨੂੰ ਵੀ ਕਹਿੰਦਾ ਹੁੰਦਾ ਸੀ ਵੈਸੇ ਤੂੰ, ਹਾਂ ਵੀ ਆਹ ਪੜ੍ਹਿਆ ਕਰਾਂ ਨਾ, ਮੈਂ ਤੈਨੂੰ ਦੱਸਦਾ ਰਹੇਗਾ। ਫਿਰ ਆ ਗਿਆ ਕੇਬਲ ਦਾ ਜ਼ਮਾਨਾ ਹੈ ਨਾ, ਬਈ ਸੈਟੇਲਾਈਟ ਟੀ ਵੀ ਜਦੋਂ ਆਇਆ ਨਾ ਉਹਨਾਂ ਟਾਈਮਾਂ ਦੇ ਵਿੱਚ, ਤਾਂ ਮੈਂ
सब तो पहला जो इंग्लिश न्यूज़ चैनल देखने ना, क्योंकि जो है ना भी कहते ना भी जिधर अपनी लगी होंगी आप उधर ही जाने हाँ तो मैं उन्होंने टाइम के बीबीसी न्यूज़ वो कोई शो हों ना सिद्धार्थ का वो देखना ज करन थापर वर्गे जर्नलिस्ट है ना हूँ तो वैसे ना जो पूरे का पूरा मेन स्ट्रीम मीडिया वो बहुत निगाह आ चुके हैं उन्होंने टाइम के काफ़ी हद तक बचा हुआ सी बिल्कुल बिल्कुल तो है ना करन हो गया शेखर गुप्ता हो गया एन डी टीवी के तो मैं उन्होंने जर्नलिस्ट को देखना फिर जिवें हुण कोई करैक्टर भी है ना अडमायर करता फिर ए लगता भी उन्हें बन जाइए आप देखो ये बहुत स्वाभाविक जी मनुखी प्रवृत्ति हैगी तो ए मैं भी किसी दिन आप जावे है ना पर हो नहीं सकिया चलो पर ए भी जो फेसबुक ना आती फिर मैं जमी आई है ना इस जूने चले जाना सी तो मतलब हूँ बहुत हद तक मैं मतलब एक एक चाहे छोटा जा वर्ग है तक मैं अपनी पहुंच बना रहा है छोटा तो नहीं बई मेरे को देखो सीधी जी गल हाँ मेरे को चंगे जेडे थोड़े बहुते नहीं गए पर सियाणा तो देखो कोई सियाने की सही की गलत की कोई डेफिनेशन नहीं जेडे पढ़े लिखे बंदे सूझवान बंदे जिवें आप कह दें जी सा मतलब परिभाषा है इन्ना लोगों की कह लो या इन शब्दों की ओहो जे बंदे ही कहते हैं कि भी जैक नामा जैक सरा है ना चलो बाकी वो अंदर खाते जिवें लॉ ऑफ अट्रैक्शन अखबार ज्यादा पढ़ने शुरू करते ना फिर जिदा इंग्लिश न्यूज पेपर भी इंडिया के तार ने है ना फिर परस्पेक्टिव रह जाता भी पूरी दुनिया की सोचती है ना फिर मैं वाशिंगटन पोस्ट हो गया न्यूयॉर्क टाइम्स हो गया है ना सिडनी मॉर्निंग हेराल्ड फिर मैं इस सबसक्रिप्शन लेती हो जाने है ये खर्च वाहवा आ जाता मैं तो मैं अपने पेज से भी शेयर करूँ बाद चाहिए खर्चा वाह खासा होंगे जिम्मे कहते एक साल का पहले बार तो कहते 1500 दे दो ना फिर 3000 महंगा नहीं गल पर रहा नहीं आता भी हम नशे वाली गल हाँ भी मैं उधर हाँ हम मेरे मेरे पेज वाले ने कहा भी तेन असं लेके दया करा तो एक बाई ने शुरू भी करता माइक्रोसॉफ्ट के काम करता उन्हें मैं काफी सब्सक्रिप्शन लेके दिखाई है ना मतलब ए, मतलब वो मैं ऐ लगता भी चलो आप कर रहे हैं जो कोई सपोर्ट करता तो चंगा लगता है ना तो जर्नलिस्ट वाला कीड़ा मन पर जो सवाल तो मैं मतलब फिर ब्रीफ कर देना वो गल तो पंजाबी दे विच जर्नलिज्म दे हालात पिछले समय तो चिंताजनक रहे ने तो जाके नमें की लोड़ पैंदी हैगी भी एक 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 हाँ एक स्पेस बनता तो वह मेरे वर्गा बंदा कोई गल सौखे तरीके लोगों की भाषा के लेमैन अप्रोच न दसदा भी जो कोई गल चली आ रही है भी पहला आ चीज आई भाई हम इतने पहुँच गई है ना जिमें हुती मूवमेंट से मैं पता लग्या भी किसी पंजाबी अखबार से वैब पोर्टल ने कोई स्टोरी नहीं की उस मैं 3 दिन पढ़िया फिर मैं पूरे पक्के पैरी होके वो स्टोरी की बहुत शेयर हुई है ना लोगों ने कहा भी ठीक है सूँ पता लग्या भी जर वर्ल्ड लैवल से है ना मैं थोड़ा ब्रीफ च दसदा भी हुती विद्रोही ना रेड सी दे रिवोल्ट कर रहे ने ते जेड़ा भी कोई जहाज उन्होंने लुट रहे ने भी ए पंजाबी मीडिया च नहीं आया इंग्लिश तो भी तो बहुत बैडली कवर होया है ना हिंदी च भी जो चंगे चैनल है चंगे वैब पोर्टल है भी मैंने ऐ लगे भी यार पंजाबी च नहीं आया फिर आप कर दें है ना हम आप तो 3 दिन चेक कर सकते हम किसी की प्रॉब्लम हो सकती है भी वो इन्ना टाइम ना ला सकता हो जर्नलिस्ट कोई ना मेन स्ट्रीम जर्नलिस्ट दी प्रॉब्लम हो सकती ते मैं भी टाइम ला के फिर उ पढ़ पुढ़ के कर दें फिर लाल सागर दे विच ना बस तो बड़ी लंबी चली जाऊ गल भी हाँ मैं एक्सप्लेन कर दिना भी वह स्वेज नहर जोड़ती है ना मेडिटेरियन सी दे नाल ते उहदे विच उह जिन्ने भी मतलब शिप्स जांदियां ने उते उह अटैक करदे ने भी फिलिस्तीन दे विच गलत हो रहा है ना ते उहदे ते भारत दा पूरे विश्व व्यापार ते बहुत मतलब असर पियागा उधर बहुत ने शिप जिहड़ियां हाँ शिप कंपनीज ने मतलब डिनाई करता भी असीं नहीं जांदे हैगे ना तो उहदे नाल रेट भी बढ़ सकदे सी एक दिन इंडिया की जी स्टॉक मेरा मार्केट भी क्रैश की तो वह सारे असर मतलब मैं जिक्र किए कि मैं ऐ लग्या भी ए घेंट लगता फिर है ना कम भी आप करता आप दसता चाहे वह जिनी कि मेरी समर्था गई है ना मतलब ए नहीं भी बेस्ट करता ज मैं परफेक्ट करता पर जी गल हो नहीं आप कर दिए फिर हाँ जो कोई ऐ कहता भी आ कम बई पता लग्या है ना फिर वधिया लगता ए घर चाहे गाला भी मिलती हैं भी पैसे तो आते नहीं पैसे ना हल पता नहीं कितने होगा है ना टाइम बहुत लगता मैं तमाम गलां देना
ਦਿਨ ਦੇ 3-4 ਘੰਟੇ ਚਲੇ ਜਾਂਦੇ ਨੇ ਹਨਾ 2 ਘੰਟੇ ਸਵੇਰੇ ਉੱਠ ਕੇ ਲਾਓ ਹਨਾ ਮੇਨ ਗੱਲ ਇਹ ਵੀ ਆ ਵੀ ਆਪਾਂ ਜਿਹੜਾ ਸਾਡਾ ਸ਼ੌਂਕ ਆ ਉਹਦੇ ਤੇ ਵਰਕ ਕਰੀ ਜਾਂਦੇ ਆ ਫਿਰ ਬਾਕੀ ਜਦੋਂ ਸ਼ੌਂਕ ਦੇ ਕੰਮ ਕਰਦੇ ਆ ਤਾਂ ਉਹਦਾ ਰਿਵਾਰਡ ਵੀ ਮਿਲਦਾ ਉਹ ਜਿਵੇਂ ਤੁਸੀਂ ਦੱਸਿਆ ਕਿ ਉਹ ਸਬਸਕ੍ਰਿਪਸ਼ਨ ਦਾ ਦੱਸਿਆ ਸੀ ਨਾ ਹਾਂ ਉਹ ਵੀ ਜਿਹਨੇ ਲੈ ਕੇ ਦਿੱਤੀ ਆ ਮਾਈਕਰੋਸਾਫਟ ਨੇ ਹੁਣ ਮੈਨੂੰ ਵੀ ਪੁੱਛ ਲੈਂਦੇ ਆ ਕਿ ਕਿੰਨੇ ਕੁ ਬਣ ਜਾਂਦੇ ਆ ਤੈਨੂੰ ਇੰਸਟਾ ਤੋਂ ਕਿੰਨੇ ਕੁ ਫੇਸਬੁੱਕ ਤੋਂ ਡੱਕਾ ਨਹੀਂ ਬਣਦਾ ਨਾ ਯੂਟਿਊਬ ਤੋਂ ਬਣਦਾ ਥੋੜੇ ਬਹੁਤੇ ਬਣਦੇ ਕਹਿ ਲਓ ਉਹ ਖਾਤੇ 'ਚ ਨਹੀਂ ਆਉਂਦੇ ਉਹ ਖਾਤੇ 'ਚ ਨਹੀਂ ਹਾਂ ਚਲੋ ਆਪਣਾ ਜਿਹੜਾ ਹੈ ਕੰਟੈਂਟ ਸ਼ੇਅਰ ਕਰਦੇ ਆ ਉਹਦੇ ਤੋਂ ਕਲਾਇੰਟੇਜ ਮਿਲਦੀ ਆ ਉਹ ਹੁੰਦੀ ਆ ਤੁਹਾਡੇ ਵਾਲਾ ਪ੍ਰੋਫੈਸ਼ਨ ਹੈ ਇਹਦੇ ਚ ਮੇਰੇ ਦਾ ਕੋਈ ਉਦਾਂ ਡਾਇਰੈਕਟ ਕਲਾਇੰਟ ਹੈ ਨਹੀਂ ਡਾਇਰੈਕਟ ਕਲਾਇੰਟ ਆਉਣਗੇ ਆਉਣਗੇ ਹਾਂ ਚਲੋ ਉਹ ਕੋਈ ਦੇਖੋ ਇਹ ਨਾ ਕਿਤੇ ਸਮਝ ਲਓ ਵੀ ਬਾਈ ਨੂੰ ਪੈਸਿਆਂ ਦੀ ਲੋੜ ਆ ਵਧੀਆ ਨਹੀਂ ਨਹੀਂ ਮੈਂ ਵੈਸੇ ਉਹ ਤਾਂ ਸਾਰੇ ਜਾਣਦੇ ਨੇ ਨਾ ਮਤਲਬ ਉਹ ਤਾਂ ਬਹੁਤ ਸਾਰੇ ਕਹਿੰਦੇ ਨੇ ਮਤਲਬ ਉਦਾਂ ਸਭ ਨੂੰ ਪਤਾ ਹੀ ਹੁੰਦਾ ਵੀ ਕੌਣ ਕਿੰਨੇ ਕੁ ਪਾਣੀ 'ਚ ਹੈ ਬਾਕੀ ਰਲ ਪਿੰਡ ਤੋਂ ਜ਼ਿਲ੍ਹਾ ਮਾਨਸਾ ਬਾਈ ਹੈਗੇ ਆ ਜਾ ਕੇ ਵੈਰੀਫਾਈ ਕਰਨਾ ਹੋਇਆ ਕਿੰਨੇ ਕੁ ਪਾਣੀ 'ਚ ਹੈ ਬਾਈ ਚਲੋ ਨਹੀਂ ਪਤਾ ਕੀ ਆ ਨਹੀਂ ਐਵੇਂ ਟਾਈਮ ਪਾਸ ਹੋਣਾ ਹੁੰਦਾ ਐਂ ਕਹਿ ਦਈਏ ਨਾ ਵੀ ਇਹ ਤੋਂ ਬਿਨਾਂ ਵੀ ਚੱਲੀ ਜਾਊਗਾ ਇਹ ਨਹੀਂ ਉਹ ਤਾਂ ਬਿਨਾਂ ਵੀ ਇਹ ਤੋਂ ਬਿਨਾਂ ਵੀ ਆਪਾਂ ਚੱਲਦਾ ਰੱਖਾਂਗੇ ਕਿਉਂਕਿ ਮਤਲਬ ਇਹ ਆ ਵੀ ਉਹ ਮੇਰੀ ਲੋੜ ਆ ਗਈ ਮੇਰੇ ਮੈਨੂੰ ਨੀਂਦ ਨਹੀਂ ਆਉਣੀ ਵੀ ਆਹ ਚੀਜ਼ ਹੋ ਗਈ ਆਪਾਂ ਦੱਸ ਸਕਦੇ ਹਾਂ ਨਾ ਜਦੋਂ ਆਪਣੇ ਨਾਲ ਕੋਈ ਇੰਨੇ ਬੰਦੇ ਜੁੜੇ ਹੋਏ ਨੇ ਹਨਾ ਤਾਂ ਤੇ ਇਹ ਮਸਲਾ ਹੈਗਾ ਗਾ ਤੇ ਐਂ ਜੇ ਮਨਬਰ ਮੈਂ ਚਲਾ ਰਿਹਾ ਹਾਂ ਇਹਨੂੰ ਹਨਾ ਨਹੀਂ ਨਹੀਂ ਵਧੀਆ ਬਾਈ ਦੇਖੋ ਇਕੱਲੇ ਸ਼ੌਂਕ ਸ਼ੌਂਕ ਵਾਸਤੇ ਜੇ ਆਪਾਂ ਕਹਿ ਦਈਏ ਵੀ ਇੰਨਾ ਵਧੀਆ ਕੰਮ ਕਰੀ ਜਾਣਾ ਜਿਹਦੀ ਆਊਟਪੁੱਟ ਦੀ ਕੋਈ ਆਸ ਨੀ ਬਾਈ ਨੇ ਵੈਸੇ ਚਲੋ ਮਜ਼ਾਕੀਆ ਤੌਰ ਤੇ ਕਹਿਤਾ ਵੀ ਕੋਈ ਪੈਸੇ ਨੀ ਆਉਂਦੇ ਜਾਂ ਜੋ ਵੀ ਹੈ ਨਾ ਪਰ ਫਿਰ ਇਹ ਮਤਲਬ ਘਰੇ ਮੈਨੂੰ ਕਹਿੰਦੇ ਨੇ ਉਹ ਤਾਂ ਕਹਿਣਾ ਹੀ ਆ ਚਲੋ ਕਰਦੇ ਤਾਂ ਤੈਨੂੰ ਵੀ ਕਹਿੰਦੇ ਹੁਣ ਵੀ ਕਿੰਨੇ ਕਮਾਉਣਾ ਹਨਾ ਕਿੰਨੇ ਕਮਾਉਣਾ ਕੀ ਮਤਲਬ ਮੈਨੂੰ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਜਦੋਂ ਮੀਂਹ ਵਾਲੇ ਦਿਨ ਦੇ ਵਿੱਚ ਰਾਤ ਦੇ ਜਦੋਂ ਮੀਂਹ ਰੁਕਦਾ ਨਹੀਂ ਸੀ 8:30 ਵਜੇ ਮੈਂ ਜਿੰਮ ਚਲਾ ਜਾਂਦਾ ਸੀ ਮੈਨੂੰ ਕਹਿੰਦੇ ਲੋਹੇ ਨਾਲ ਮੱਥਾ ਮਾਰ ਕੇ ਕੀ ਮਿਲੂਗਾ ਤੈਨੂੰ ਪਰ ਮੈਂ ਕਦੇ ਕਦੇ ਬਾਪੂ ਨੂੰ ਕਹਿਣਾ ਹੁੰਦਾ ਵੀ ਬਾਪੂ ਤੂੰ ਕਹਿੰਦਾ ਹੁੰਦਾ ਸੀ ਲੋਹੇ ਨਾਲ ਮੱਥਾ ਮਾਰ ਕੇ ਭਾਵੇਂ ਮੈਂ ਕੋਈ ਵੱਡਾ ਬਾਡੀ ਬਿਲਡਰ ਨਹੀਂ ਬਣਿਆ ਪਰ ਉਹ ਡੈਡੀਕੇਸ਼ਨ ਦਾ ਮੁੱਲ ਮਿਲਦਾ ਹੁਣ ਮੈਂ ਸੰਤੁਸ਼ਟੀਜਨਕ ਜ਼ਿੰਦਗੀ ਜਿਉਂ ਰਿਹਾ ਤੇ ਲੋਕਾਂ ਨੂੰ ਵੀ ਮੋਟੀਵੇਟ ਕਰਦੇ ਆ ਕਰਦੇ ਆਂਗੇ ਹਾਂ ਬਿਲਕੁਲ ਕੁਛ ਆਪਾਂ ਤੇ ਹਾਸਲ ਕਰ ਸਕਦੇ ਬਿਲਕੁਲ ਬਿਲਕੁਲ ਤੇ ਬਈ ਹੋਰ ਅੱਗੇ ਲਾਈਫ ਦੇ ਵਿੱਚ ਕੀ ਹੈ ਤੁਹਾਡਾ ਜਿਹੜਾ ਗੋਲ ਕਹਿ ਲਓ ਜਾਂ ਜੇ ਕੋਈ ਇਹ ਕਹਿ ਲਈਏ ਵੀ ਹਾਲੇ ਤੱਕ ਅਚੀਵ ਨਹੀਂ ਕਰ ਪਾਏ ਜਿਹੜੀ ਹੁਣ ਤੱਕ ਅੱਜ ਦੀ ਉਮਰ ਦੇ ਵਿੱਚ ਤੁਸੀਂ ਇਹ ਲੱਗਦਾ ਨਾ ਵੀ ਕੋਈ ਕਮੀ ਜੀ ਹੈ ਵੀ ਐ ਜੇ ਕਰਨਾ ਗਾ ਕਮੀ ਇਹੀ ਹੈ ਮਤਲਬ ਜਦੋਂ ਫੁੱਲ ਫਲੈਸ਼ਡ ਮੈਂ ਕਰਨਾ ਚਾਹੁੰਦਾ ਇਹਨੂੰ ਮਤਲਬ ਵੀ ਫੁੱਲ ਫਲੈਸ਼ਡ ਆ ਨਾ ਇੱਕ ਵੀ ਵਧੀਆ ਪੰਜਾਬੀ ਦੇ ਵਿੱਚ ਕੰਮ ਹੋਵੇ ਨਾ ਫੈਕਚੁਅਲ ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਇਹ ਲੱਗਦੀ ਹੈਗੀ ਵੀ ਸਹੀ ਤੱਥ ਹੀ ਨਹੀਂ ਜਾ ਰਹੇ ਹੇਠਾਂ ਤੱਕ ਹਨਾ ਵੀ ਕੋਈ ਮਸਲਾ ਹੋ ਜਾਂਦਾ ਉਹਦੇ ਨਾਲ ਵੀ ਜਿਵੇਂ ਕੁਛ ਨਾਲ ਨੀ ਵਾਧੂ ਘੱਟੂ ਚਿੰਬੜ ਜਾਂਦਾ ਨਦੀਨ ਉਹ ਲੋਕਾਂ ਤੱਕ ਪਹੁੰਚਦੇ ਨੇ ਵੀ ਜਿਹੜੀ ਪਿਓਰ ਇਨਫੋਰਮੇਸ਼ਨ ਹਨਾ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਬਿਲਕੁਲ ਬਿਲਕੁਲ ਮੈਂ ਇੰਡੀਪੈਂਡੈਂਟਲੀ ਇਹਨੂੰ ਫੁੱਲ ਫਲੈਡ ਚਲਾ ਸਕਾਂ ਤਾਂ ਹਨਾ ਮਤਲਬ ਇਹ ਕਿਸੇ ਦਿਨ ਸ਼ਾਇਦ ਮੈਂ ਇਹਨੂੰ ਵੀ ਹੈਗਾ ਸੁਪਨਾ ਕਰਨ ਵਾਲਾ ਬਿਲਕੁਲ ਜਿਵੇਂ ਲਾਅ ਆਫ ਅਟਰੈਕਸ਼ਨ ਆ ਗਿਆ ਕਿਸੇ ਚੀਜ਼ ਕੋ ਅਗਰ ਤੁਮ ਸ਼ਿੱਦਤ ਸੇ ਚਾਹਤੇ ਹੋ ਤੋ ਮਤਲਬ ਸਾਰੀ ਕਾਇਨਾਤ ਸਾਰਾ ਕਾਇਨਾਤ ਉਹ ਮਨ ਹਾਂ ਉਹ ਮਤਲਬ ਲੱਗ ਜਾਂਦੀ ਹੈਗੀ ਹਨਾ ਤੇ ਇਹ ਹਾਂ ਮਤਲਬ ਹੋਗਾ ਇਹ ਫਿਰ ਰੋਈ ਜਾਣ ਦੋ ਹਨਾ ਵੀ ਵਿੱਚ ਹੀ ਤੇ ਕਰੇਗਾ ਸਾਰਾ ਨਾ ਨਾ ਵਿੱਚ ਚੱਲਣ ਦਾ ਕੋਈ ਚੱਕਰ ਨਹੀਂ ਸਾਇਲੈਂਟ ਕਰ ਲਓ ਬਸ ਠੀਕ ਹੈ ਹਾਂ ਹਾਂ ਸਾਇਲੈਂਟ ਹੋ ਤੇ ਤੇ ਇਹ ਨਾ ਵੀ ਉਹ ਆ ਮਤਲਬ ਜਿਹੜਾ ਆਪਾਂ ਕਿੱਥੇ ਸੀ ਜਿਹੜਾ ਪ੍ਰੋਫੈਸ਼ਨਲ ਲੈਵਲ ਤੇ ਅੱਗੇ ਪ੍ਰੋਫੈਸ਼ਨਲ ਲੈਵਲ ਤੇ ਮੈਂ ਚਾਹਣਾਗਾ ਉਹ ਮੈਂ ਹਜੇ ਮਤਲਬ ਮੈਂ ਚਿਤਵਿਆ ਨਹੀਂ ਵੀ ਕਿਵੇਂ ਇਹ ਹੋਊਗਾ ਵੀ ਕਰਾਂਗੇ ਕਿਸੇ ਦਿਨ ਵਧੀਆ ਕਰਾਂਗੇ ਹਨਾ ਹਾਂ ਉਹ ਵੀ ਕਰਨਾ ਵੀ ਕੱਚਾ ਪੱਕਾ ਜਿਹਾ ਹੋ ਰਿਹਾ ਹਜੇ ਵੀ ਐਂ ਜੀ ਟੈਕਸ ਦੇ ਵਿੱਚ ਤਾਂ ਬਹੁਤ ਵਧੀਆ ਜਿਵੇਂ ਤੁਸੀਂ ਕਹਿੰਦੇ ਟੈਕਸ ਦੇ ਵਿੱਚ ਤਾਂ ਤਕਰੀਬਨ ਜੇ ਕੋਈ ਐਕਟਿਵ ਹੈਗਾ ਸੋਸ਼ਲ ਮੀਡੀਆ ਤੇ ਉਦੋਂ ਤੱਕ ਐਕਸੈਸ ਜੀ ਬਣਦੀ ਆ ਵੀ ਹਰੇਕ ਨੂੰ ਪਤਾ ਹਨਾ ਵੀ ਐਂ ਕੋਈ ਹੈਗਾ ਪਰ ਜਦੋਂ ਤੁਸੀਂ ਇਹਨੂੰ ਵਧੀਆ ਕਰਦੇ ਹੋ ਪ੍ਰੋਫੈਸ਼ਨਲੀ ਕਰਦੇ ਹੋ ਨਾ ਫਿਰ ਉਹਦੇ ਲਈ ਥੋੜ੍ਹਾ ਜਿਹਾ ਅਮਲਾ ਫੈਲਾ ਵੀ ਚਾਹੀਦਾ ਨਾਲ ਹਨਾ ਵੀ ਐਡਿਟਿੰਗ ਵਾਸਤੇ ਜਾਂ ਹੋਰ ਜ਼ਰੂਰ ਸਭ ਤੋਂ ਵੱਡੀ ਗੱਲ ਇਹੀ ਹੈ ਕੋਈ ਵੀ ਮਤਲਬ ਸਾਡੇ ਸਾਹਮਣੇ ਪੋਸਟ ਆਉਂਦੀ ਹੈ ਦੇਖਦੇ ਆ ਫੋਨ ਤੇ ਭਰੋਸਾ ਨਹੀਂ ਬਣਦਾ ਕਿਸੇ ਤੇ ਹਾਂ ਤੇ ਨਾ ਹੀ ਕਿਸੇ ਨੇ ਉਹ ਰੂਟ ਲੈਵਲ ਤੱਕ ਵਰਕ ਕੀਤਾ ਹੁੰਦਾ ਬਟ ਇਹ ਹੈ ਵੀ ਆਪਾਂ ਅੱਗੇ ਜੇ ਕਹਿ ਲਓ ਵੀ ਕਹਿ ਲਓ ਕੀ ਕਹਿੰਦੇ ਹੁੰਦੇ ਸਕਸੈਸਫੁਲ ਹੁੰਦੇ ਆ ਇਸ ਫੀਲਡ ਦੇ ਵਿੱਚ ਤਾਂ ਉਹ ਚੀਜ਼ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਆਵੇ ਉਹਦੇ ਤੇ ਵਰਕ ਕਰਨਾ ਜ਼ਿਆਦਾ ਮਤਲਬ ਆਪਾਂ ਨਾ ਪੜ੍ਹਨਾ ਗਿਆ ਪੜ੍ਹਨਾ ਉਹਦੇ ਲਈ ਟਾਈਮ ਪੜ੍ਹਨ ਦਾ ਮਨ ਬਣਾਇਆ ਵੀ ਵੀ ਪੜ੍ਹਨ ਦੀ ਨਾ ਆਦਤ ਸ਼ੁਰੂ ਤੋਂ ਹੁੰਦੀ ਹੈ ਨਾ ਚਲੋ ਮੈਂ ਥੋੜ੍ਹਾ ਜਿਹਾ ਕਰੰਟ ਇਵੈਂਟਸ ਵੱਲ ਆਕਰਸ਼ਿਤ ਸੀਗਾ ਤੇ ਅਖਬਾਰ ਵੀ ਪੜ੍ਹਿਆ ਹਨਾ ਪਰ ਐਂ ਮੈਨੂੰ ਲੱਗਦਾ ਵੀ ਕਿਤਾਬਾਂ ਬਿਨਾਂ ਨਾ ਬੰਦਾ ਰੂਟਡ ਨਹੀਂ ਹੋ ਸਕਦਾ ਹਨਾ ਵੀ
ਹੁਣ ਜੇ ਹੁਣ ਤੇਰੇ ਕੋਲ ਇੰਨੀਆਂ ਕਿਤਾਬਾਂ ਪਈਆਂ ਉੱਥੇ ਕੈਬਨ ਦੇ ਵਿੱਚ ਹਨਾ ਵੀ ਆਪਾਂ ਜੇ ਰੈਫਰੈਂਸ ਹਨਾ ਕਿਤਾਬਾਂ ਤੋਂ ਲੈਣੀਆਂ ਜਿਹੜੀਆਂ ਹਨਾ ਤਾਂ ਉਹ ਪੜ੍ਹਨ ਵਾਲੀ ਆਦਤ ਆ ਗਈ ਬੇਸਿਕਲੀ ਹਨਾ ਤੂੰ ਯਾਰ ਮੈਨੂੰ ਕਹਿੰਦਾ ਤਾਂ ਹੁੰਦਾ ਸੀਗਾ 2013 ਚ ਆਹ ਪੜ੍ਹ ਲਾ ਪੜ੍ਹ ਲਾ ਇਹ ਤੇ ਕਿੰਨੇ ਵਾਰੀ ਕਿਹਾ ਵੀ ਭਾਈ ਆਹ ਅਖਬਾਰ ਪੜ੍ਹਿਆ ਇਹਦੇ ਨਾਲ ਤੂੰ ਵਧੀਆ ਜਮਾ ਨਹੀਂ ਪੜ੍ਹਿਆ ਟੱਕਾ ਨਹੀਂ ਪੜ੍ਹਿਆ ਉਹਨਾਂ ਟਾਈਮਾਂ ਦੇ ਸ਼ੁਰੂ ਚ ਆਪਾਂ ਗੱਲ ਕਰਦੇ ਰਹੇ ਹਾਂਗੇ ਮੈਂ ਉਹ ਬਾਪੂ ਵਾਲੀ ਵੀਡੀਓ ਸ਼ੇਅਰ ਕੀਤੀ ਸੀ ਵੀ ਬਾਪੂ ਬਾਰੇ ਹਨਾ ਵੀ ਆਹ ਲਿਵਰ ਦੇ ਵਿੱਚ ਆਹ ਸਮੱਸਿਆ ਆ ਗਈ ਸੀ ਤੇ ਉਹ ਇੱਕ ਇੰਟਰਵਿਊ ਕੀਤੀ ਇੱਕ ਚੈਨਲ ਤੇ ਉਹ ਤੋਂ ਬਾਅਦ ਮੇਰਾ ਸੰਪਰਕ ਨੰਬਰ ਚਲੋ ਬਾਈ ਹੁੰਦਾ ਹਨਾ ਆਪਾਂ ਕੰਮ ਕਾਰ ਵੀ ਕਰਨਾ ਡਾਇਟ ਲੈਣ ਦਾ ਜਾਂ ਜੋ ਵੀ ਤੇ ਉਦੋਂ ਬਾਅਦ ਬੰਦਿਆਂ ਨੂੰ ਹਰੇਕ ਬੰਦੇ ਨੂੰ ਹੁੰਦਾ ਵੀ ਸਾਡਾ ਦੁੱਖ ਕਿਤੋਂ ਟੁੱਟ ਜੇ ਤੇ ਉਹ ਨਾ ਵਟਸਐਪ ਰਿਪੋਰਟਾਂ ਕਰਤੀਆਂ ਫੋਨ ਕਰਤਾ ਬਈ ਆ ਕੈਂਸਰ ਹੈ ਮੈਨੂੰ ਇੰਨਾ ਨੀ ਪਤਾ ਸੀ ਵੀ ਕੈਂਸਰ ਦੀ ਰਿਪੋਰਟ ਕਿਵੇਂ ਦੇਖਦੇ ਹੁੰਦੇ ਆ ਚਲੋ ਇਹ ਸੀ ਇਹਦੇ ਤੇ ਕੀ ਕਰਨਾ ਕੀ ਕਰਨਾ ਕੀ ਕਰਨਾ ਤੂੰ ਕਿੰਨੇ ਵਾਰੀ ਕਿਹਾ ਵੀ ਆਹ ਪੜ੍ਹ ਲਾ ਵੱਡਾ ਅਨਵਰ ਕਹਿੰਦਾ ਹੁੰਦਾ ਸੀ ਅਨਵਰ ਦਾ ਵੀ ਪੜ੍ਹਨ ਦੇ ਵਿੱਚ ਬਹੁਤ ਹੈਗਾ ਸੀ ਰੁਝਾਨ ਇੱਕੋ ਜਿਹੇ ਹਿਸਾਬ ਜਿਹਦੇ ਮੈਂ ਸਮਝਦਾ ਤੁਹਾਨੂੰ ਦੋਨਾਂ ਨੂੰ ਵੀ ਵਧੀਆ ਪੜ੍ਹ ਲਿਖਣ ਵਾਲੇ ਮੁੰਡੇ ਪੜ੍ਹ ਲਿਆ ਕਰ ਆਹ ਕਰ ਲਿਆ ਕਰ ਜਮਾ ਨੀ ਸੀ ਪਰ ਜਦੋਂ ਗੱਲ ਈਗੋ ਤੇ ਆ ਜਾਂਦੀ ਆ ਯਾਰ ਬੰਦੇ ਨੇ ਫੋਨ ਕੀਤਾ ਟਰਸਟ ਕੀਤਾ ਤੇ ਯਾਰ ਹੁਣ ਬਣਦਾ ਆਪਣੇ ਤੇ ਯਕੀਨ ਕੀਤਾ ਇਹਨੇ ਕੀਤਾ ਵੀ ਥੋੜਾ ਜਿਹਾ ਪੜ੍ਹ ਲਾ ਪੜ੍ਹਨਾ ਬਣਦਾਗਾ ਹੁਣ ਬਾਲਾ ਤਾਂ ਨੀ ਮੈਂ ਕਹਿੰਦਾ ਕਈ ਵਾਰੀ MBBS MD ਆ ਕੇ ਦੋ ਭੈਣਾਂ ਆਈਆਂ ਸੀ ਮੁਕਤਸਰ ਇਲਾਕੇ ਦੀਆਂ ਉਹ ਆ ਕੇ ਸਾਹਮਣੇ ਬੈਠ ਗਈਆਂ ਵੀਰੇ ਵੀ ਇੱਕ ਕਹਿੰਦੇ ਵੀ ਮੈਂ MD ਕਰ ਰਿਹਾ ਇੱਕ MBBS ਖੁਸ਼ੀ ਵੀ ਮਿਲਦੀ ਆ ਵੀ ਆਪਾਂ ਆਪਦੇ ਆਪ ਨੂੰ ਦੇਖਿਆ ਜਾਂਦਾ ਨੰਗ ਮਲੰਗ ਜੇ ਤੁਰੇ ਫਿਰਦੇ ਆ ਪਰ ਜਦੋਂ ਬਾਹਰੋਂ ਕੋਈ ਕਹਿੰਦਾ ਵੀ ਕੁਛ ਹੈਗਾ ਗਾ ਤਾਂ ਉਹਦੇ ਨਾਲ ਵਧੀਆ ਜਾਂਦਾ ਇੰਨਾ ਕੁ ਦਾਇਰਾ ਇਹ ਕਿਸੇ ਵੀ ਤੁਸੀਂ ਇਜ਼ਮ ਦਾ ਕਹਿ ਸਕਦੇ ਹੋ ਉਹ ਕੋਈ ਧਾਰਮਿਕ ਜਾਂ ਕਹਿ ਲਓ ਵੀ ਰੈਸ਼ਨਲਿਜ਼ਮ ਕਹਿ ਲਓ ਤਰਕਸ਼ੀਲ ਟਾਈਪ ਐਥੀਜ਼ਮ ਕਹਿ ਲਓ ਐਥੀਜ਼ਮ ਕਹਿ ਲਓ ਬਟ ਜਦੋਂ ਦੋ ਚਾਰ ਕਿਤਾਬਾਂ ਪੜ੍ਹੀਆਂ ਵੀ ਕਹਿੰਦੇ ਵੀ ਮੈਡੀਕਲ ਸਾਇੰਸ ਹੀ ਨਹੀਂ ਸਾਰਾ ਕੁਛ ਹੁੰਦੀ ਤੇ ਜਿਵੇਂ ਤੇਰੇ ਕੋਲੇ ਵੀ ਜਿਹਨਾਂ ਨੂੰ ਜਵਾਬ ਦਿੱਤਾ ਦੋ ਉਹ ਵੀ ਆ ਜਾਂਦੇ ਵੀ ਕੈਂਸਰ ਦਾ ਹਨਾ PGI ਤਾਂ ਮੈਨੂੰ ਵੀ ਐਂ ਲੱਗਦਾ ਵੀ ਉਦੋਂ ਪਰਾਂ ਦੀਆਂ ਗੱਲਾਂ ਹੈਗੀਆਂ ਨੇ ਬਿਲਕੁਲ ਬਿਲਕੁਲ ਆਹੀ ਹੈ ਨਾ ਕੱਲੀ ਆਹੀ ਚੀਜ਼ ਤਾਂ ਨਹੀਂ ਸਾਰਾ ਕੁਛ ਇੱਧਰ ਵੀ ਇੱਧਰ ਵੀ ਸਾਰਾ ਕੁਛ ਹੀ ਹੈ ਜਿਵੇਂ ਆਪਾਂ ਬਾਹਲੀ ਫੀਲਿੰਗ ਚੱਕ ਜਾਂਦੇ ਹਾਂ ਧਰਤੀ ਪਤਾ ਨੀ ਕੀ ਆ ਆਹੀ ਜੀਵਨ ਹੈ ਤਾਂ ਧਰਤੀ ਵੀ ਮੈਂ ਇਹ ਕਹਿੰਦੇ ਹਾਂ ਵੀ ਇੱਕ 10x10 ਦਾ ਕਮਰਾ ਸਾਰਾ ਬ੍ਰਹਿਮੰਡ ਆ ਉਹ ਬ੍ਰਹਿਮੰਡ ਆ 10x10 ਦਾ ਤੇ ਉਹਦੇ ਚ 1 mm ਤੋਂ ਵੀ ਛੋਟੀ ਚੀਜ਼ ਧਰਤੀ ਹੈ 10x10 ਦੇ ਕਮਰੇ ਤੋਂ ਜਿਹੜਾ 12 ft ਉੱਚੀ ਜਿਹਦੀ ਛੱਤ ਹੈ ਹਾਂ ਉਹਦੇ ਚੋਂ 1 mm ਦੇ ਸਾਈਜ਼ ਤੋਂ ਵੀ ਘੱਟ ਹੈ ਜੇ ਧਰਤੀ ਹੈ ਤਾਂ ਜਿਹੜੀ ਚੀਜ਼ ਬਾਰੇ ਸਾਨੂੰ ਗਿਆਨ ਹੈ ਨੀ ਅਸੀਂ ਜਿਹਦਾ ਗਿਆਨ ਨੀ ਅਸੀਂ ਉਹ ਇਹ ਕਹਿ ਦਿੰਦੇ ਹਾਂ ਵੀ ਉਹ ਹੈ ਨੀ ਮਤਲਬ ਆਪਾਂ ਚਲ ਆਪਾਂ ਇਹ ਦਾਅਵੇ ਨਾਲ ਇਹ ਨੀ ਕਹਿ ਵੀ ਹੈ ਜਾਂ ਆਪਾਂ ਇਸ ਚੱਕਰ ਚ ਨੀ ਪੈਂਦੇ ਮਤਲਬ ਇਹ ਡਿਬੇਟ ਨਹੀਂ ਹੇਠਾਂ ਦੇ ਡਿਬੇਟ ਸ਼ੁਰੂ ਹੋ ਜੇ ਕਮੈਂਟਾਂ ਦੇ ਵਿੱਚ ਮਤਲਬ ਉਹ ਨੀ ਪਰ ਮੈਨੂੰ ਹਾਂ ਪਰ ਮੈਨੂੰ ਇਹ ਲੱਗਦਾ ਵੀ ਜਿੱਦਾਂ ਵੀ ਇੱਕ ਤਾਂ ਹੈਗਾ ਪਿਓਰ ਨਾਸਤਕ ਹਨਾ ਵਿੱਚ ਆਪਣਾ ਵਿਸ਼ਾ ਗੱਲਬਾਤ ਹੈ ਨਹੀਂ ਸੀ ਚੱਲ ਆ ਗਈ ਪਰ ਮੈਨੂੰ ਲੱਗਦਾ ਵੀ ਇਹ ਚਲੋ ਹਨਾ ਇਹ ਮੈਂ ਅੱਜ ਕੱਲ੍ਹ ਥੋੜ੍ਹਾ ਜਿਹਾ ਇੱਧਰ ਵੀ ਕਰ ਰਿਹਾ ਹਨਾ ਡਿਸਕਵਰ ਆਪਣੇ ਆਪ ਨੂੰ ਬਈ ਇੱਕ ਹੈਗੇ ਵੀ ਜਿਹੜੇ ਬਿਲਕੁਲ ਕਹਿੰਦੇ ਨੇ ਵੀ ਧਰਮਿਕ ਹਨਾ ਵੀ ਉਹਦੇ ਵਿੱਚ ਵਿਚਾਲੇ ਵੀ ਇੱਦਾਂ ਹੈਗਾ ਵੀ ਅਗਨੋਸਟਿਸ ਹਨਾ ਹੈਗਾ ਵੀ ਜਾਣਿਆ ਨਹੀਂ ਜਾ ਸਕਦਾ ਇੱਕ ਮੈਨੂੰ ਇਹ ਲੱਗਦਾ ਵੀ ਜਾਣਿਆ ਨਹੀਂ ਜਾ ਸਕਦਾ ਹਨਾ ਵੀ ਬੰਦਾ ਕੋਸ਼ਿਸ਼ ਦੇ ਵਿੱਚ ਆ ਵੀ ਹੈ ਨਹੀਂ ਹੈ ਤਾਂ ਉਹਦੇ ਵਿੱਚ ਜਿੱਥੇ ਤੁਹਾਨੂੰ ਸਕੂਨ ਮਿਲਦਾ ਗਾ ਜਿੱਥੇ ਤੁਹਾਨੂੰ ਲੱਗਦਾ ਵੀ ਮੇਨ ਗੱਲ ਇੱਥੇ ਹੈ ਜ਼ਿੰਦਗੀ ਸ਼ਾਂਤੀ ਨਾਲ ਲੰਘਣੀ ਚਾਹੀਦੀ ਆ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ ਟਰਬਲ ਤੋਂ ਦੂਰ ਆ ਜਿਵੇਂ ਆਪਾਂ ਗੱਲ ਕਰ ਰਹੇ ਸੀ ਮੈਂ ਵੀਡੀਓ ਵੀ ਪਾਉਣੀ ਆ ਜਿਵੇਂ ਮੈਡੀਟੇਸ਼ਨ ਇਨ ਸਿੱਖਿਜ਼ਮ ਜੇ ਆਪਾਂ ਕਿਤੇ ਦੇਖਣਾ ਹੋਵੇ ਐਨਾਲਾਈਜ਼ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਹਾਂ ਗੁਰੂ ਨਾਨਕ ਦੇਵ ਜੀ ਤੋਂ ਵੱਧ ਕੇ ਕੁਛ ਨਹੀਂ ਮਤਲਬ ਪੋਜ਼ਿਟਿਵਿਟੀ ਹਰ ਇੱਕ ਚੀਜ਼ ਚ ਪੋਜ਼ਿਟਿਵਿਟੀ ਵਾਹ ਵਾਹਿਗੁਰੂ ਵਾਹਿਗੁਰੂ ਮਤਲਬ ਆਪਣਾ ਹਰ ਇੱਕ ਚੀਜ਼ ਦੀ ਕ੍ਰੀਚਰ ਜਿਹੜੇ ਵੀ ਜਿੰਨੇ ਵੀ ਹੈਗੇ ਆ ਕਣ ਕਣ ਚ ਰੱਬ ਵਸਦਾ ਉਹਦੀ ਵੀ ਪ੍ਰੇਜ਼ ਕਰ ਉਹਦੀ ਵੀ ਪ੍ਰੇਜ਼ ਵੀਡੀਓ ਵੀ ਸ਼ੇਅਰ ਕੀਤੀ ਸੀ ਨਿਰਭਰ ਇਹਨੂੰ ਇੱਕ ਤਰ੍ਹਾਂ ਨਾਲ ਮਤਲਬ ਵਿਧੀ ਵਿਧਾਨ ਨਾਲ ਸਾਇੰਸ ਵੀ ਬਿਆਨ ਦੀ ਆ ਉਹਨਾਂ ਦੇ ਨੋਮਨਕਲੇਚਰ ਹੋਰ ਹੋ ਸਕਦਾ ਕਹਿਣ ਦੇ ਤਰੀਕੇ ਹੋਰ ਸਕਦੇ ਨੇ ਬਟ ਅਲਟੀਮੇਟਲੀ ਉੱਥੇ ਜਾਂਦੀਆਂ ਨੇ ਤਾਂ ਆਪਾਂ ਹਾਂ ਨਾ ਆਪਾਂ ਕਹੀਏ ਵੀ ਸਾਇੰਟਿਫਿਕ ਆ ਨਾ ਆਪਾਂ ਰਿਲੀਜੀਅਸ ਕਹੀਏ ਆਪਾਂ ਨੂੰ ਜਿਵੇਂ ਠੀਕ ਲੱਗਦਾ ਉਵੇਂ ਚੱਲਣਾ ਤੇ ਆਪਾਂ ਨੂੰ ਠੀਕ ਵੀ ਲੱਗ ਰਿਹਾ ਤਾਂ ਮਤਲਬ ਮੈਂ ਉਧਰ ਸੈਲਫ ਰਿਅਲਾਈਜੇਸ਼ਨ ਹਨਾ ਉਧਰ ਵੀ ਥੋੜਾ ਜਿਹਾ ਰਹਿਣਾ ਗਾ ਤੇ ਉਹਨਾਂ ਉਹ ਮਤਲਬ ਮੈਨੂੰ ਐਂ ਲੱਗਦਾ ਵੀ ਬੰਦਾ ਰੂਟਡ ਹੋਣਾ ਚਾਹੀਦਾ ਜਿੱਦਾਂ ਨਾ ਜੋ ਸਾਰੇ ਕਿਤੇ ਵੀ ਆਏ ਆ ਵੀ ਬੈਸਟ ਦੇ ਵਿੱਚ ਪਤਾ ਨੀ ਕੀ ਹੋਣਾ ਵੀ ਸੋ ਕਾਲਡ ਤਰੱਕੀ ਲੈ ਕੇ ਪਤਾ ਨੀ ਕਿੱਥੇ ਚਲਾ ਜਾਣਾ ਵੀ ਅਖੀਰ ਨੂੰ ਮਤਲਬ ਤੁਸੀਂ ਜੜਾਂ ਨਾਲ ਰਹਿ ਕੇ ਜੁੜ ਸਕਦੇ ਹੋ ਵੀ ਜਿਵੇਂ ਹੁਣ ਸਾਡੇ ਬਹੁਤੇ ਅਧਿਆਪਕ ਸਾਥੀ ਵੀ ਸ਼ਹਿਰ ਚ ਰਹਿੰਦੇ ਨੇ ਹਨਾ ਵੀ ਮੈਨੂੰ ਐਂ ਲੱਗਦਾ ਵੀ ਮੈਨੂੰ ਪਿੰਡ ਚ ਸ਼ਾਂਤੀ ਮਿਲੂ ਹਨਾ ਵੀ ਪਹਿਲਾਂ ਵੀ ਮੈਂ ਕਈ ਵਾਰੀ ਗੱਲ ਕੀਤੀ ਹੈਗੀ ਇਹ ਵੀ ਜਿਵੇਂ ਬਾਲੀਵੁੱਡ ਦੇ ਵਿੱਚ ਹਨਾ ਵੱਡੇ ਵੱਡੇ ਸਟਾਰ ਨੇ ਹਨਾ
ਉਹਨਾਂ ਨੇ ਪੈਸਾ ਕਮਾ ਕੇ ਸ਼ੋਹਰਤ ਕਮਾ ਕੇ ਤੇ ਧਰਮਿੰਦਰ ਵਰਗੇ ਮਤਲਬ ਅਖੀਰ ਤੇ ਕੱਦੂ ਦਿਖਾਈ ਜਾਂਦੇ ਨੇ ਵੀ ਉਹ ਖੇਤਾਂ 'ਚ ਤੁਰੇ ਫਿਰਦੇ ਨਾ ਸ਼ਿਲਪਾ ਸ਼ੈਟੀ ਦਾ ਆਪਦਾ ਫਾਰਮਾ ਸੁਨੀਲ ਸ਼ੈਟੀ ਦਾ ਹਨਾ ਵੀ ਮੈਨੂੰ ਐਂ ਲੱਗਦਾ ਵੀ ਸ਼ਾਂਤੀ ਸ਼ਾਇਦ ਜੜਾਂ ਨਾਲ ਜੁੜ ਕੇ ਮਿਲਦੀ ਹੈ ਵੀ ਸਟਰਕਚਰ ਆਹ ਐਡੇ ਵੱਡੇ ਘਰ ਮਹਿਲ ਵੀ ਇਹ ਬੰਦੇ ਨੂੰ ਅਲਟੀਮੇਟ ਸ਼ਾਂਤੀ ਨਹੀਂ ਦੇ ਸਕਦੇ ਵੀ ਮੈਨੂੰ ਮੈਂ ਇਸ ਕਰਕੇ ਪਿੰਡ ਰਹਿਣਾ ਵੀ ਐਂ ਖੇਤੀ ਵੀ ਕਿਸੇ ਨੂੰ ਕਰਾਂਗੇ ਵੀ ਮੈਨੂੰ ਐਂ ਲੱਗਦਾ ਵੀ ਉਵੇਂ ਜਿਵੇਂ ਗੁਰੂ ਨਾਨਕ ਸਾਹਿਬ ਸਾਰੀ ਦੁਨੀਆਂ 'ਤੇ ਜਾ ਕੇ ਨਾ ਖੀਰ ਨੂੰ ਕਰਤਾਰਪੁਰ ਖੇਤੀ ਕਰਨ ਲੱਗ ਗਏ ਉਹਨਾਂ ਨੇ ਤਾਂ ਕੁੱਲ ਦੁਨੀਆਂ ਘੁੰਮ ਲਈ ਹਨਾ ਵੀ ਐਂ ਰੂਟਡ ਹੋਣਾ ਵੀ ਜ਼ਰੂਰੀ ਆ ਮਤਲਬ ਅਤੇ ਪਤਾ ਨਹੀਂ ਉਹ ਕਿਵੇਂ ਸਪਿਰਚੁਅਲਿਜ਼ਮ ਵੱਲ ਵੀ ਉਹ ਰਸਤਾ ਚੱਲਿਆ ਜਾਂਦਾ ਹਨਾ ਮਤਲਬ ਸਾਰਾ ਕੁਝ ਹੀ ਹਾਂ ਉਹ ਚੀਜ਼ਾਂ ਹੈਗੀਆਂ ਕਈ ਵਾਰੀ ਭੁਲੇਖੇ 'ਚ ਫਿਰਦੇ ਹੁੰਦੇ ਹਾਂ ਅਸੀਂ ਇਹ ਨਹੀਂ ਸੋਚਦੇ ਵੀ ਆ ਜਿੱਡੀ ਕੁ ਵੀ ਜ਼ਿੰਦਗੀ ਹੈਗੀ ਆ ਇੱਕੋ ਹੀ ਹੈ ਇਹਦੇ 'ਚ ਦੇਖ ਲਈਏ ਕਰਕੇ ਸਾਰਾ ਕੁਛ ਕਰਨਾ ਚਾਹੀਦਾ ਬਟ ਰੂਟਸ ਨਾਲ ਜਦੋਂ ਆ ਕੇ ਜੁੜਦੇ ਹਾਂ ਕਿਉਂਕਿ ਦੇਖਿਆ ਤਾਂ ਹੈ ਬਈ ਕਿੰਨੇ ਵਾਰੀ ਜਦੋਂ ਬਾਹਰ ਬੈਠਾ ਬੰਦਾ 50 ਸਾਲ ਹੋ ਗਏ ਮਤਲਬ ਕੈਨੇਡਾ ਅਮਰੀਕਾ ਗਏ ਨੂੰ ਫਿਰ ਉਹਨੂੰ ਐਂਡ ਤੇ ਯਾਰ ਮਰੀਏ ਤਾਂ ਨਾ ਪਿੰਡ ਜਾ ਕੇ ਸੰਸਕਾਰ ਹੋ ਗਿਆ ਪਰ ਇਹਦੇ ਨਾਲ ਤਾਂ ਚੰਗਾ ਵੀ ਇੱਥੇ ਠੀਕ ਹੈ ਸੋਚ ਤੁਹਾਡੀ ਬਹੁਤ ਵਿਸ਼ਾਲ ਹੋ ਸਕਦੀ ਹੈ ਮਤਲਬ ਇਹਨੂੰ ਮੈਸੇਜ ਵੀ ਚਾਹੇ ਮੰਨ ਲਓ ਜਿਵੇਂ ਸ਼ੁਰੂ ਚ ਪੁੱਛਿਆ ਮੈਸੇਜ ਇਹੀ ਆ ਵੀ ਜਿਹੜੀ ਤੁਹਾਨੂੰ ਹਨਾ ਸ਼ਾਂਤੀ ਹੈਗੀ ਜਾਂ ਸਕੂਨ ਹੈਗਾ ਉਹ ਜੜਾਂ ਨਾਲ ਜੁੜ ਕੇ ਰਹਿ ਸਕਦਾ ਵੀ ਜਿੰਨਾ ਤੁਸੀਂ ਮਤਲਬ ਇਹ ਤੋਂ ਉੱਪਰ ਉੱਠੋਗੇ ਉਨਾ ਜ਼ਿਆਦਾ ਕਿਓਸ ਆ ਖਲਾਗ ਆ ਹਨਾ ਉਨੀ ਜ਼ਿਆਦਾ ਡਿਸਟਰਬੈਂਸ ਆ ਗਈ ਟੂਰਿਸਟ ਪਲੇਸ ਤੇ ਜਾਂਦੇ ਹੋ ਕਿਤੇ ਉੱਥੇ ਵੀ ਤੁਹਾਨੂੰ ਪੈਂਫਲੇਟ ਛੱਲੇ ਜਾਂ ਗਿਫਟ ਹੋਣਗੇ ਗੋ ਈਸਟ ਗੋ ਵੈਸਟ ਹੋਮੇਜ ਬੈਸਟ ਹਾਂ ਤਾਂ ਹੋਮ ਦਾ ਮਤਲਬ ਵੀ ਐ ਵੀ ਜਿੱਥੇ ਤੁਸੀਂ ਹੈਗੇ ਉਹਨਾਂ ਚੀਜ਼ਾਂ ਨਾਲ ਹਨਾ ਚਾਹੇ ਉਹ ਵੀ ਪੰਜਾਬੀ ਨਾਲ ਚਾਹੇ ਪੰਜਾਬ ਨਾਲ ਚਾਹੇ ਜਿੱਥੇ ਤੁਸੀਂ ਹਨਾ ਜੋ ਜਿਹੜਾ ਤੁਹਾਡਾ ਕਲਚਰ ਹੈਗਾ ਹਨਾ ਇੱਥੇ ਵੀ ਆਪਾਂ ਐਫਰਟਸ ਕਰ ਸਕਦੇ ਹਾਂ ਠੀਕ ਹੈ ਚੱਲੀ ਜਾਂਦਾ ਕਰਦੇ ਆਪਾਂ ਤੇ ਬਸ ਜ਼ਿਆਦਾ ਲੰਮੀ ਨੂੰ ਸ਼ਾਇਦ ਆਪਣੀ ਵੀਡੀਓ ਨੂੰ ਕੋਈ ਨਾ ਝੱਲੇ ਹਨਾ ਇੱਥੋਂ ਤੱਕ ਜੇ ਕੋਈ ਆ ਗਿਆ ਤਾਂ ਵਧੀਆ ਨਾ ਜੇ ਇੱਥੋਂ ਤੱਕ ਆ ਗਿਆ ਇੱਥੋਂ ਤੱਕ ਆ ਗਿਆ ਹਾਂ ਖਾਸੀ ਵੱਡੀ ਫਿਰ ਉਹਨੂੰ ਕਾਹਦਾ ਕੁਝ ਮਿਲ ਸਕਦਾ ਹੈਗਾ ਸਹੀ ਹੈ ਤੇ ਠੀਕ ਹੈ ਜੀ ਚਲੋ ਧੰਨਵਾਦ ਜੀ ਸਾਰੇ ਵੀਰਾਂ ਭੈਣਾਂ ਦਾ ਜੇ ਇੱਥੋਂ ਤੱਕ ਪਹੁੰਚ ਗਏ ਤੁਸੀਂ ਝੱਲਣ ਲਈ ਤੇ ਧੰਨਵਾਦ ਬਾਈ ਓਕੇ ਫਾਰਮਲ ਜਿਹਾ ਜ਼ਿਆਦਾ ਹੋ ਗਿਆ ਚੱਲ ਠੀਕ ਹੈ ਓਕੇ ਜੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ